ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਆਪ ਜੀ ਵਿਦੇਸ਼ ਤੋਂ ਵਾਪਸ ਆਏ ਹੋ। ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਸਿਰਸਾ ਸੌਦਾ ਨੂੰ ਮਾਫ਼ੀ ਦੇਣ ਸੰਬੰਧੀ ਲਏ ਗਏ ਫੈਸਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਆਪਣੇ ਵਿਚਾਰ ਪ੍ਰਗਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਤਖਤ ਸਾਹਿਬ ਸਿੱਖ ਜਗਤ ਲਈ ਬਹੁਤ ਸਰਵਉੱਚ ਸੰਸਥਾ ਹੈ। ਇਸ ਦੇ ਸਿਧਾਂਤ ਅੱਗੇ ਸਦੀਆਂ ਤੋਂ ਸਿੱਖ ਜਗਤ ਨਤਮਸਤਕ ਹੁੰਦਾ ਰਿਹਾ ਹੈ ਔਰ ਇਸ ਦਾ ਸਿਧਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਰੋਸ਼ਨੀ ਵਿੱਚ ਹੈ। ਸ੍ਰੀ ਅਕਾਲ ਤਖਤ ਸਾਹਿਬ ਜ਼ਮੀਨ ਦੇ ਕਿਸੇ ਇੱਕ ਖਾਸ ਟੁਕੜੇ ਦੇ ਸੀਮਤ ਲੋਕਾਂ ਤੱਕ ਨਹੀਂ, ਸ੍ਰੀ ਅਕਾਲ ਤਖਤ ਸਾਹਿਬ ਸਮੁੱਚਾ ਸਿੱਖ ਜਗਤ, ਜਿੱਥੇ ਵੀ ਕੋਈ ਗੁਰਸਿੱਖ ਸਿੱਖ ਬੈਠਾ ਹੈ ਉਹਨਾਂ ਦੇ ਹਿਰਦੇ ਵਿੱਚ ਇਸ ਲਈ ਭਾਵਨਾ, ਸ਼ਰਧਾ, ਸਤਿਕਾਰ ਔਰ ਜਜ਼ਬਾਤ ਨੇ। ਪਿਛਲੇ ਦਿਨੀ ਜੋ ਸੌਦਾ ਸਾਧ ਬਾਰੇ ਫੈਸਲਾ ਲਿਆ ਗਿਆ ਉਸ ਨਾਲ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਸਿੱਖ ਬੈਠਾ ਹੈ, ਜਿਹੜਾ ਸੱਚਮੁੱਚ ਆਜ਼ਾਦ ਸੋਚ ਦਾ ਮਾਲਕ ਹੈ, ਜਿਹੜਾ ਹਰ ਤਰ੍ਹਾਂ ਦੇ ਭੈ ਤੋਂ ਮੁਕਤ ਹੈ, ਉਸ ਹਰ ਇੱਕ ਸਿੱਖ ਦਾ ਹਿਰਦਾ ਜਿਹੜਾ ਇਸ ਫੈਸਲੇ ਨਾਲ ਵਲੂੰਦਰਿਆ ਗਿਆ ਹੈ। ਇਹ ਫੈਸਲਾ ਸਿੱਖਾਂ ਦੀ ਸੋਚ ਦੀ, ਅਕਾਲ ਤਖਤ ਸਾਹਿਬ ਦੀ ਤਰਜਮਾਨੀ ਨਹੀਂ ਕਰਦਾ। ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬਾਨ ਜੀ ਨੂੰ, ਇਸ ਫੈਸਲੇ ਨੂੰ ਕੌਮ ਦੀਆਂ ਭਾਵਨਾਵਾਂ, ਕੌਮ ਦੀ ਇੱਕਜੁੱਟਤਾ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਫੈਸਲੇ ਨੂੰ ਵਾਪਸ ਲਿਆ ਜਾਏ, ਤਾਂ ਜੋ ਜਿਹੜੀ ਸਥਿਤੀ ਅੱਜ ਬਣ ਚੁੱਕੀ ਹੈ ਸਮੁੱਚੇ ਸੰਸਾਰ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ, ਉਸ ਨੂੰ ਫਿਰ ਬਹਾਲ ਕੀਤਾ ਜਾਏ। ਸਿੱਖਾਂ ਦਾ ਵਿਸ਼ਵਾਸ ਇਹ ਬਣੇ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਆ ਰਿਹਾ ਹੈ ਉਸ ਵਿੱਚ ਗੁਰੂ ਹਰਗੋਬਿੰਦ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਦੇ ਸਿਧਾਂਤ ਦੀ ਸਾਨੂੰ ਝਲਕ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।